हाँ जी दोस्तों, बारिश की वजह तुसी इत्थे ही आ ते परिंदे उतर रहे ने नेरे दे विच। ਸਾਈਡ ਧੋ ਲੈਂ ਦਵਾ ਕਿ ਮੈਂ ਨਾ ਭੇਜਾਂ ਭੈਣ, ਠਹਿਰ ਜਾਓ ਇੱਧਰ, ਮੈਂ ਪਰਿੰਦਾ ਗਿਆ ਇਸ ਸਾਈਡ ਵੱਲੋਂ ਦੀ। ਤਿੰਨ ਬੈਠੇ ਨੇ ਜੀ ਹੁਣ ਹੀ ਬਾਰਿਸ਼ ਚ ਤੇ ਹਨੇਰੇ ਚ। ਲੋ ਜੀ ਬਾਰਿਸ਼ ਹੁਣ ਬੰਦ ਹੋ ਗਈ ਹੈ, ਬੰਦ ਹੋ ਗਈ ਬਾਰਿਸ਼, ਹੁਣ ਘੱਟ ਗਈ, ਘੜੀਆਂ ਹੀ ਨੇ ਹੁਣ। ਜਿਸਲੇ ਕਬੂਤਰ ਉਸ ਸਾਈਡ ਦਾ ਗੇੜਾ ਲੈਂਦਾ ਨਾ, ਸਾਰੀ ਚੱਲਣਾ ਬੰਦ ਹੋ ਜਾਂਦਾ। ਬੱਦਲ ਵੀ ਇੱਥੇ ਹੀ ਹੋ ਗਿਆ ਇੱਕੋ ਵਾਰੀ। ਚਾਰ ਬੈਠੇ ਨੇ ਅੱਗੇ ਤੇ ਇੱਕ ਹੈ ਹੋਰ ਉਤਰ ਰਿਹਾ ਸੀ। ਉੱਪਰ ਕਿਤਨੇ ਹੈ ਸ਼ੇਰੀ, ਕਿੰਨੇ ਨੇ ਉੱਤੇ ਹੁਣ? 18 ਜੀ ਉੱਤੇ ਨੇ ਜਨਾਬ ਜ਼ੈਨ ਸ਼ਾਹ ਸਾਹਿਬ, 18 ਪਰਿੰਦੇ ਉੱਤੇ ਨੇ। ਆਮੀਨ ਜੀ ਆਮੀਨ। ਇਨਸ਼ਾਅੱਲਾ ਬਹਿਣਗੇ ਯਾਰ ਜੀ, ਜ਼ਰਾ ਦੁਬਾਰਾ ਇਨਸ਼ਾਅੱਲਾ ਬੈਠਣਗੇ। ਲਓ ਜੀ ਜੋ ਹੀ ਕੋਈ ਪਰਿੰਦਾ ਨਿਕਲਦਾ ਜਾਂ ਵਾਪਸ ਤੁਹਾਨੂੰ ਪਲਟਦਾ ਤੇ ਫਿਰ ਅਸੀਂ ਤੁਹਾਨੂੰ ਦੁਬਾਰਾ ਉਹੀ ਵਿਊ ਕਰਾਉਂਦੇ ਹਾਂ, ਉਨੀ ਦੇਰ ਤੱਕ ਗੱਲਾਂ ਬਾਤਾਂ ਹੀ ਕਰੀਏ। ਹਨੇਰੇ 'ਚ ਮੇਰੀ ਫੋਟੋ ਸਹੀ ਜਾਂਦੀ ਹੈ ਭਾਈ, ਕਾਲਾ ਉਹ ਕਾਲਾ ਨਾ ਮੈਂ ਚਿੱਟਾ ਨਜ਼ਰ ਆਉਣ ਡਿਆ। ਵਾਲੇਕਮ ਅਸਲਾਮ ਜੀ, ਪੀਰ ਸੈਯਦ ਮੌਜ਼ਮ ਅਲੀ ਸ਼ਾਹ ਸਾਹਿਬ ਜੀ, ਕੀ ਹਾਲ ਹੈ? ਠੀਕ ਹੋ ਜੀ, ਸ਼ੁਕਰੀਆ। ਸਰਗੋਦਾ ਪਾਕਿਸਤਾਨ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹੋਰ ਵੀ ਜਿੰਨੇ ਭਰਾਵਾਂ ਨੇ ਸਲਾਮ ਕੀਤਾ ਜਾਂ ਸਾਡੇ ਕੰਮ ਨੂੰ ਅਪਰੀਸ਼ੀਏਟ ਕਰਦੇ ਨੇ ਭਾਈ ਜੀ, ਉਹਨਾਂ ਦਾ ਬਹੁਤ ਸ਼ੁਕਰੀਆ ਅਤੇ ਵਾਲੇਕਮ ਅਸਲਾਮ। ਤਰਸੀਮ ਗੁੱਜਰ ਸਾਹਿਬ ਜੀ, ਅੱਲਾ ਦਾ ਕਰਮ ਹੈ ਮੇਰੇ ਵੀਰ, ਬਹੁਤ ਸ਼ੁਕਰੀਆ। ਹੋਰ ਸੁਣਾਓ, ਕੈਸਾ ਚੱਲ ਰਿਹਾ ਅੱਜ ਕੱਲ੍ਹ? ਰੱਖਾ ਜਲਾਲ ਸਾਹਿਬ ਜੀ, ਅੱਲਾ ਦਾ ਕਰਮ ਹੈ, ਤੁਸੀਂ ਸੁਣਾਓ ਜੀ, ਠੀਕ ਹੋ? ਮੁਦੱਸਰ ਸਾਹੀ ਸਾਹਿਬ ਜੀ, ਬਹੁਤ ਸ਼ੁਕਰੀਆ ਜੀ। ਫਾਹਦ ਪ੍ਰਾਜਾ ਸਾਹਿਬ ਜੀ, ਅੱਲਾ ਦਾ ਕਰਮ ਹੈ, ਬਿਹਤਰ ਹੈ ਪਹਿਲੇ ਨਾਲੋਂ, ਮਾਸ਼ਾਅੱਲਾ। ਜੀ ਚੌਧਰੀ ਉਸਮਾਨ ਸਾਹਿਬ, ਅੱਲਾ ਦਾ ਕਰਮ ਹੈ ਮੇਰੇ ਬਾਈ, ਤੁਸੀਂ ਸੁਣਾਓ। ਲਓ ਜੀ ਇੱਕ ਹੈ ਪਰਿੰਦਾ ਆ ਗਿਆ ਜੀ, ਦੇਖੋ ਇਹ ਤਲੋੜ ਲਿਆ ਸ਼ੇਰੀ, ਧਿਆਨ ਮੈਂ ਐ ਜੀ ਐ ਦੋਸਤ, ਇੱਕ ਪਰਿੰਦਾ ਐ ਲਓ ਜੀ, ਖਾਨ ਸਾਹਿਬ ਨੇ ਫੁੱਲ ਧਿਆਨ ਰੱਖਿਆ ਲੈ। ਦੇਖਦਾ
ਇਹਦੇ ਨਾਲ ਇੱਕ ਹੋਰ ਵੀ ਜੇ ਪਰਿੰਦਾ ਇਹਦੇ ਨਾਲ ਇੱਕ ਹੋਰ ਪਰਿੰਦਾ ਵੀ ਜੇ ਇੱਥੇ ਹਾਂ ਇੱਥੋਂ ਲੰਘ ਕੇ ਅੱਜ ਪਰਾਂ ਨੂੰ ਹੋਇਆ ਜਾਨਵਰ ਇੱਥੇ ਫਿਰ ਉੱਤੇ ਵੀ ਪਰਿੰਦਾ ਇੱਥੇ ਨੂੰ ਗਿਆ ਪਰਿੰਦਾ ਲੰਘਦਿਆਂ ਨਜ਼ਰ ਆ ਜਾਂਦਾ ਵਿੱਚ ਉਂਝ ਨੀ ਨਜ਼ਰ ਆਉਂਦਾ ਇਹ ਦੇ ਨਾਲ ਉੱਤੇ ਫਿਰ ਇੱਥੇ ਉੱਤੇ ਹੀ ਨਾਲ ਇਹਦੇ ਰਲਿਆ ਇਹਦੇ ਨਾਲ ਇੱਥੇ ਕੈਮਰੇ ਤੇ ਜੋ ਪਤਾ ਚੱਲਦਾ ਨਿਕਲਦਿਆਂ ਆ ਕਪੜਾ ਮਾਰ ਕੇ ਦੇ ਚੋ ਮੈਂ ਭੀ ਜਾਣਾ ਬਸ ਇੱਥੇ ਯਾਰ ਇੱਥੇ ਪਰਿੰਦਾ ਹੈ ਵੀ ਇੱਕ ਦੋਸਤੋ ਹੋਰ ਸੁਣਾਓ ਕੀ ਚੱਲ ਰਿਹਾ ਹੈ ਇੱਕ ਤੇ ਐ ਵੀ ਨਾ ਲੱਗਾ ਤਾ ਇੱਕ ਤੇ ਐ ਵੀ ਹੁਣ ਬੈਠ ਰਿਹਾ ਜੀ ਚੌਧਰੀ ਸਮਾਨ ਸਾਹਿਬ ਜੀ ਸੁਨੈਣ ਡੋਗਰ ਸਾਹਿਬ ਜੀ ਬਹੁਤ ਸ਼ੁਕਰੀਆ ਪਰਦੇਸੀ ਜ਼ਿੱਦੀ ਜੜ ਸਾਹਿਬ ਜੀ ਵਾਲਕਮ ਅਸਲਾਮ ਜ਼ਹੀਰ ਬਾਦਸ਼ਾਹ ਜੀ ਤਿੰਨ ਜਾਨਵਰ ਆਪਕੇ ਨਜ਼ਰ ਆ ਰਿਹਾ ਹੈ ਜੀ ਜਨਾਬ ਤਿੰਨ ਜਾਨਵਰ ਨਜ਼ਰ ਆ ਰਹੇ ਨੇ ਜਨਾਬ ਸਜਾਦ ਅਹਿਮਦ ਸਾਹਿਬ ਜੀ ਵਾਲਕਮ ਅਸਲਾਮ ਤਰਸੀਮ ਗੁਜਰ ਸਾਹਿਬ ਜੀ ਕਿੱਧਰ ਛੱਤ ਹੋ ਜੀ ਉਸਤਾਦ ਆਸ਼ਿਕ ਹਸੈਨ ਸਾਹਿਬ ਦੀ ਛੱਤ ਜੀ ਪੀਰ ਮੌਸਮ ਅਲੀ ਸ਼ਾਹ ਵਾਲੀ ਜਨਾਬ ਜ਼ਫਰ ਖਾਨ ਸਾਹਿਬ ਜੀ ਥੈਂਕ ਯੂ ਜਨਾਬ ਮੁਦੱਸਰ ਸਾਹੀ ਸਾਹਿਬ ਜੀ ਜੀ ਜਨਾਬ ਸੁਬਹਾ ਦੇ ਉੱਡੇ ਨੇ ਉਸਤਾਦ ਜੀ ਕਿੰਨੇ ਵਜੇ ਛੱਡੇ ਸਨ ਸੁਬਹਾ ਸੁਬਹਾ 8 ਵਜੇ ਛੱਡੇ ਸਨ ਜਨਾਬ ਹਾਂਜੀ ਹਵਾ ਤਾਂ ਚੱਲਦੀ ਰਹੀ ਹੈ ਦੋਸਤੋ ਸਾਡੀ ਵੀਡੀਓ ਨੂੰ ਜ਼ਰਾ ਟੁਰਦਿਆਂ ਸ਼ੇਅਰ ਕਰ ਜਾਓ ਲਿਆ ਹੋਣਾ ਕੰਡਾ ਦੇ ਮੁੰਡੇ ਨੂੰ ਜਾਂਦੇ ਲੋ ਜੀ
ਕਬੂਤਰ ਹੈ ਜੀ ਨਾ ਕਦੇ ਯਾਰ ਇਹ ਦੋ ਦਿਨ ਨਾ ਖੁਲਾਵਾਂ ਜਿੰਨਾ ਹੈ ਦੂਸਰਾ ਦੂਸਰਾ ਤੇਰਾ ਨੰਬਰ ਮਾਦੀ ਹੈ ਉਹ ਜਿਹੜਾ ਮੁਸ਼ਕਲ ਦਾ ਨਜ਼ਰ ਆਏਗਾ ਕਿਉਂਕਿ ਉਹ ਕੋਰ ਕਮਾਂਡਰ ਹੈ ਗਾੜੀ ਉਹ ਬਹਿਣ 'ਤੇ ਜਦੋਂ ਆਏਗੀ ਉਦੋਂ ਹੀ ਸਹੀ ਨਜ਼ਰ ਆਉਣੀ ਹੈ ਹੈਲੋ ਮੈਂ ਡੇਰ ਦੀ ਹਾਂਜੀ ਦੋਵੇਂ ਬਾਰਾਂ 'ਚ ਨਹੀਂ 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 ਕੋਈ ਨਹੀਂ ਮੁਫਤੀ ਆਫਤਾਬ ਗੁਲਸ਼ਰ ਜੀ ਬਹੁਤ ਸ਼ੁਕਰੀਆ ਜਨਾਬ ਹਾਂਜੀ ਚਲੋ ਠੀਕ ਹੈ ਠੀਕ ਹੈ ਲਓ ਜੀ ਕਹਿ ਪਰਿੰਦਾ ਬੈਠਣ ਲੱਗਾ ਜੀ ਕੈਬ ਆ ਗਿਆ ਇਹ ਕਿਹੜਾ ਜੀ ਤੇਰਾ ਨੰਬਰ ਮਾਦੀ ਜੀ ਬਹਿ ਗਈ ਹੈ ਮਾਸ਼ਾਅੱਲਾ ਇੱਕ ਇਹ ਬਹਿ ਰਿਹਾ ਹੁਣ ਜੇ ਨਜ਼ਰ ਆ ਰਿਹਾ ਹੋਏ ਤੇ ਮੁੰਡੇ ਸਤਾਰਾਂ ਨੇ ਜਨਾਬ ਕਿੰਨੇ ਸਾਰ ਜੀ ਸੁਬਹਾ ਛੱਡੇ ਸਨ ਸਤਾਈ ਛੱਡੇ ਸਨ ਜਿਹਦੇ ਚੋਂ ਮੇਰੇ ਹਾਲੇ ਛੇਵਾਂ ਜਾਂ ਸੱਤਵਾਂ ਬੈਠ ਰਿਹਾ ਜੇ ਨਾ ਪਿੱਛੇ ਸਤਾਰਾਂ ਜਾਂ ਅਠਾਰਾਂ ਜਾਨਵਰ ਉੱਤੇ ਨੇ ਬੈਠ ਰਿਹਾ ਇੱਕ ਜਾਨਵਰ ਬਦਲ ਝਟਕਾ ਲਾਇਆ
ਜੀ ਐ ਬੈਠ ਰਿਹਾ ਸਰ ਜੀ ਇਹ ਕਿੰਨਾ ਨੰਬਰ ਹੈ 10 ਨੰਬਰ ਜੀ ਇਹ ਲੈਂਡਿੰਗ ਗੇਅਰ ਖੋਲਿਆ ਉਹਨੇ ਕਾਫੀ ਦੇਰ ਦਾ ਇੱਥੇ ਹੀ ਉੱਡ ਰਿਹਾ ਸੀ जी बिल्कुल ਦੋਸਤੋ ਟੁਰਦਿਆਂ ਟੁਰਦਿਆਂ ਜ਼ਰਾ ਸਾਡੀ ਵੀਡੀਓ ਨੂੰ ਇੱਕ ਦਫ਼ਾ ਸ਼ੇਅਰ ਕਰੋ ਉੱਤੇ ਹੋਰ ਨਿਕਲਿਆ ਦੋ ਹੋਰ ਆ ਦੋ ਦੋ ਆ ਚਾਰੇ ਹੋ ਗਏ ਕੋਰ ਕਮਾਂਡਰ ਕੀ ਫੀਚਰ ਚਾਰ ਮਾਸ਼ਾਅੱਲਾ ਰੱਬ ਨੇ ਕਹਿ ਆ ਗਿਆ ਤਿੰਨ ਉਹ ਤਿੰਨਾਂ ਦਾ ਜੋਟੇ ਤੇ ਕਹਿ ਹੋ ਗਿਆ ਇੱਕ ਹੋਰ ਵੀ ਇੱਥੇ ਵੀ ਇੱਕ ਇੱਥੇ ਵੀ ਤੁਹਾਨੂੰ ਹੋਇਆ ਪਰਿੰਦਾ ਚਾਰ ਹੋ ਗਏ ਚਾਰ ਥੱਲੇ ਭੂਰੇ ਹੋ ਗਏ ਨੇ ਜੀ ਜੁੜੀ ਆ ਇੱਧਰ ਹੋ ਗਈ ਆ 10 ਨੰਬਰ ਤੇ ਉਹ ਇੱਕ ਕੋਰ ਕਮਾਂਡਰ ਨਾਲ ਫਿਰਦੀ ਆ ਕੋਰ ਕਮਾਂਡਰ ਆ ਜਾਣ ਲਈ ਆ ਖੁੱਡੇ ਦੇ ਉੱਤੇ ਇਹਨਾਂ ਦੇ ਤਿੰਨ ਇਕੱਠੇ ਹੋ ਗਏ ਉੱਤੇ ਨਿਕਲਿਆ ਹੋਰ ਉਹ ਜਾਣ ਡਿਆ ਪੰਜ ਹੋ ਗਏ ਸਾਜੀ ਇੱਧਰ ਆ ਸਾਈਡ ਤੇ ਪੰਜ ਹੋ ਗਏ ਉਹ ਜਾਣ ਡਿਆ ਪਰੇ ਨੂੰ ਲਓ ਜੀ ਹਿਸਾਬ ਲਾਓ
ਮੈਨੂੰ ਦਿਨ ਚ ਨੀ ਲੱਭਦੇ ਹੁੰਦੇ ਤੇ ਬੰਦੇ ਰਾਤ ਚ ਲੱਭਦੇ ਨੇ ਕਬੂਤਰ ਵੇਖ ਲਓ ਇਹਸਾਨ ਭੱਟੀ ਸਾਹਿਬ ਜੀ ਵਾਲਕਮ ਅਸਲਾਮ ਜੀ ਇਮਰਾਨ ਚੌਧਰੀ ਅਰਸ਼ਦ ਸਾਹਿਬ ਜੀ ਅੱਲਾਹ ਦਾ ਕਰਮ ਹੈ ਬਿਹਤਰ ਹੈ ਪਹਿਲੇ ਨਾਲੋਂ ਜੀ ਪਰ ਹੈ ਜਨਾਬ ਇਹ ਬੈਠ ਲੈਣ ਦਿਓ ਫਿਰ ਤੁਹਾਨੂੰ ਦੱਸਣੇ ਆ ਕਿੰਨੇ ਉੱਤੇ ਨੇ ਇਮਰਾਨ ਦਾਨੀ ਸਾਹਿਬ ਜੀ ਵਾਲਕਮ ਅਸਲਾਮ ਜੀ ਅੱਲਾਹ ਦਾ ਕਰਮ ਹੈ ਮੇਰੇ ਬਾਈ ਤੁਸੀਂ ਸੁਣਾਓ ਬੰਗਿਸ਼ ਖਾਨ ਸਾਹਿਬ ਜੀ ਵਾਲਕਮ ਅਸਲਾਮ ਅਬਦੁੱਲਾ ਅਲੀ ਸਾਹਿਬ ਜੀ ਥੈਂਕ ਯੂ ਰਾਜਾ ਜਮੀਲ ਸਾਹਿਬ ਜੀ ਵਾਲਕਮ ਅਸਲਾਮ ਤਾਰਕ ਨੂਰ ਸਾਹਿਬ ਜੀ ਵਾਲਕਮ ਅਸਲਾਮ ਜੀ ਸਜਾਦ ਅਹਿਮਦ ਸਾਹਿਬ ਜੀ ਹੁਣ ਬਿਹਤਰ ਅੱਲਾਹ ਦਾ ਕਰਮ ਹੈ ਜੀ ਅਲ ਅਵਾਨ ਪਿਜਨ ਨਵਜ਼ ਜੀ ਸ਼ੁਕਰੀਆ ਜਨਾਬ ਬਹਿ ਗਿਆ ਇੱਧਰ ਉੱਤੇ ਬੈਠਾ ਨੁੱਕਰ ਤੇ ਕਿੱਥੇ ਬੈਠਾ ਉਹ ਪਰਲੇ ਪਾਸੇ ਉਹ ਸਾਈਡ ਤੇ ਬੈਠਾ ਲਓ ਜੀ ਕਹਿ ਬੈਠਾ ਪਰਿੰਦਾ ਮੈਂ ਜੇ ਖੁਰੋ ਕਰਿਆ ਬਿਲਕੁਲ ਫਰੈਸ਼ ਮਾਸ਼ਾਅੱਲਾ ਪੰਜਮ ਬਾਬਾ ਸਾਹਿਬ ਜੀ ਬਹੁਤ ਸ਼ੁਕਰੀਆ ਜਨਾਬ ਆਮੀਨ ਜੀ ਦਾਨੀ ਸਾਹਿਬ ਜੀ ਦਨਾਨ ਦਾਨੀ ਸਾਹਿਬ ਜੀ ਬਹੁਤ ਸ਼ੁਕਰੀਆ ਜਨਾਬ ਸਫ ਨਜ਼ੀਰ ਸਾਹਿਬ ਜੀ ਉਸਤਾਦ ਆਸ਼ਿਕ ਹਸੈਨ ਸਾਹਿਬ ਦੀ ਛਾਤੇ ਜੀ ਕੌਣ ਜੀ ਇਹ ਪਿੱਛੇ ਦਿਸ਼ਾਨ ਖਾਨ ਸਾਹਿਬ ਬੈਠੇ ਨੇ ਇਹਨਾਂ ਨੂੰ ਕੁਰਸੀ ਲੈ ਚੱਲੀ ਸੀ ਜਨਾਬ ਤੇਰਾ ਡਿਟੇਲ ਦੱਸਿਓ ਕਿੱਥੇ ਉਹਦੇ ਕੋਲ ਤੇ ਰਹੀ ਨੀ ਲੈ ਕੇ ਕਿੱਥੇ ਚੱਲੀਏ ਲਓ ਜੀ ਸ਼ੇਰੀ ਗਿਆ ਭੜਕੀ ਲਾਣ ਕਿਤੋਂ ਕਬੂਤਰ ਨਿਕਲ ਆਣ ਸਾਜੀ ਆ ਜਿਹੜੇ ਥੱਲੇ ਆਏ ਤੇ ਸਾਨੂੰ ਸਾਈਡ ਤੇ ਹੋ ਗਏ ਨੇ ਇਹ ਵੇਖਾ ਇੱਕ ਹੈ ਦਸ ਨੰਬਰ ਹਜੇ ਤੱਕ ਉੱਥੇ ਹੀ ਉੱਡਦਾ ਪਿਆ ਮੈਂ ਕਿਹਾ ਦਸ ਨੰਬਰ ਬੈਠਾ ਹੁਣ ਆਸਫ ਨਜ਼ੀਰ ਸਾਹਿਬ ਜਨਾਬ ਬਹੁਤ ਸ਼ੁਕਰੀਆ ਮੇਰੇ ਬਾਈ ਸ਼ੇਰੀ ਸੈਮਸੰਗ ਦਾ ਚਾਰਜਰ ਹੈ ਇਹ ਪੁੱਤਰ ਲਾ ਛੱਡ ਹਜ਼ਰਾ ਇਹਨੂੰ ਇਹਦੀ ਬੈਟਰੀ ਨਾ ਮੁੱਕੇ ਕਿਤੇ ਕਮਾਂਡਰ
ਥੱਲੇ ਪਰ ਨੂੰ ਗਿਆ ਇੱਕ ਗਾੜਾ ਪਰਿੰਦਾ ਇਤਲ ਨੂੰ ਗਿਆ ਇਤਲ ਗਿਆ ਇਸ ਪਾਸੇ ਕੋਈ ਐਸਾ ਲਿਆਣਾ ਪੈਣਾ ਮੋਬਾਈਲ ਜਿਹੜਾ ਨਾਈਟ ਵਿਜ਼ਨ ਵੀ ਵਿਖਾਏ ਕਰੇ ਕਿਉਂਕਿ ਹੁਣ ਗੇਮਾਂ ਲੰਮੀਆਂ ਹੋ ਗਈਆਂ ਨੇ ਹਨੇਰਿਆਂ ਦੀਆਂ ਇਹ ਦੋਸਤ ਆ ਜੀ ਉੱਤੇ ਹੋਏ ਨੇ ਅੱਗੜ ਪਿੱਛੜ ਮੁਸਕਰਾਹਟ ਨਾ ਰੱਖਿਆ ਤਾ ਜੀ ਕਿਆ ਬਾਤ ਹੈ ਜੀ ਕਿਹੜਾ ਜੀ ਮੁਸਕਰਾਹਟ ਵਿੱਚ ਦੇਖੋ ਬੈਠਾ ਦਾ ਜੀ ਦੋਸਤੋ ਉਸਤਾਦ ਜੀ ਕਰ ਲਓ ਗੱਲ ਕਰਮ ਲਗਾ ਨਹੀਂ ਕੀ ਹਜੇ ਤੇ ਪੰਜ ਛੇ ਬੈਠੇ ਜੀ ਤੇ ਚਾਰ ਪੰਜ ਆਏ ਜੀ ਮਾਸ਼ਾਅੱਲਾ ਮਲਕ ਸੁਲਮਾਨ ਮੰਗਰ ਸਾਹਿਬ ਜੀ ਵਾਲੇਕੁਮ ਅਸਲਾਮ ਮਹੀਨ ਸਾਹਿਬ ਜੀ ਬਹੁਤ ਸ਼ੁਕਰੀਆ ਜਨਾਬ ਉਸਤਾਦ ਜੀ ਇਹ ਦੱਸੋ ਇਹਦਾ ਨਾਮ ਮੁਸਕਰਾਹਟ ਕਿਹੜੀ ਵਜ੍ਹਾ ਤੋਂ ਪਿਆ ਇਹਦਾ ਮੁਸਕਰਾਹਟ ਹੈ ਕਿ ਮਾਸ਼ਾ ਅੱਲਾ ਥੱਲੇ ਕਬੂਤਰ ਛਾਤਾਂ ਲੱਗਾ ਹੁੰਦਾ ਅਤੇ ਜਨਾਬ ਅਸੀਂ ਇਹਨੂੰ ਥੱਲੇ ਲੱਭਦੇ ਹੁੰਦੇ ਹਾਂ ਅਤੇ ਇਹ ਦੂਰਬੀਨ ਜਨਾਬ ਇੰਨੀ ਸਪੀਡ ਨਾਲ ਜਾਂਦਾ ਉੱਤੇ ਅਤੇ ਇਹਦੀਆਂ ਆਦਤਾਂ ਵੇਖ ਕੇ ਜਨਾਬ ਮਤਲਬ ਅਸੀਂ ਦੱਸ ਰਹੇ ਹਾਂ ਕਿ ਯਾਰ ਵੇਖੋ ਕਿੱਡਾ ਮਤਲਬ ਅਸੀਂ ਥੱਲੇ ਵੇਖਦੇ ਹਾਂ ਅਤੇ ਮੁਸਕਰਾਹਟ ਜਨਾਬ ਹਾਸਾ ਦੇ ਕੇ ਉੱਤੇ ਨਿਕਲ ਜਾਂਦਾ ਬੰਦਾ ਹੱਸਦਾ ਰਹੀਆਂ ਕਿ ਥੱਲੇ ਲੱਭਣੇ ਸੀ ਉੱਤੇ ਟੁੱਟ ਗਿਆ ਥੱਲੇ ਲੱਭਣੇ ਵੀ ਉੱਤੇ ਟੁੱਟ ਗਿਆ ਮੁਸਕਰਾਹਟ ਨਾਰੇ ਤੇ ਮੁਸਕਾਨ ਮਾਦੀ ਹੈ ਠੀਕ ਹੋ ਗਿਆ ਦਸ ਨੰਬਰ ਕਿਤਲ ਗਿਆ ਹੈ ਦਸ ਨੰਬਰ ਜੀ ਹੈ ਤੇ ਜਨਾਬ ਟਾਈਮ ਹੋ ਗਿਆ ਹੈ 7:35 ਅੱਠ ਵਜੇ ਦੇ ਉਡਾਏ ਦੇ ਨੇ ਉਸਤਾਦ ਆਸ਼ਿਕ ਹਸੈਨ ਸਾਹਿਬ ਨੇ ਜੀ ਤੇ ਦੋਸਤੋ ਟੁਰਦਿਆਂ ਟੁਰਦਿਆਂ ਜ਼ਰਾ ਸਾਡੀ ਵੀਡੀਓ ਨੂੰ ਲਾਈਕ ਵੀ ਕਰ ਛੱਡੋ ਅੱਜ ਤੇ ਸ਼ੇਅਰ ਵੀ ਕਰ ਛੱਡੋ ਗੌਰਮੈਂਟ ਦੇਖੋ ਇਹ
ਇਹਨਾਂ ਦੇ ਉੱਤੇ ਹੀ ਪਾਸ ਕਬੂਤਰ ਖੜਦਾ ਬਿਲਕੁਲ ਮਾਰ ਇਹਦੇ ਨਾਲ ਹੀ ਉੱਤੇ ਹੋ ਗਏ ਉਹ ਉੱਤੇ ਆ ਗਿਆ ਉਹ ਬਿਲਕੁਲ ਇਹ ਫਲੈਸ਼ ਕਿੱਥੋਂ ਚੱਲ ਪਿਆ ਆਹੋ ਉਹ ਮੈਂ ਪੇਂਡੂ ਜਿਹਾ ਬੰਦਾ ਮੈਨੂੰ ਪਤਾ ਹੀ ਨਹੀਂ ਇਹਦੀ ਬੱਤੀ ਕਿੱਥੋਂ ਬਲਦੀ ਅਤੇ ਕਿੱਥੋਂ ਬੰਦ ਹੁੰਦੀ